ਅਕਸਰ ਹੀ ਅਸੀਂ ਸੀਐਮ ਨੂੰ ਗੱਡੀਆਂ 'ਚ ਕਾਫਲੇ ਦੇ ਨਾਲ ਦੇਖਦੇ ਹਾਂ, ਪਰ ਇੱਕ ਇੱਥੇ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਆਪਣੇ ਇਲਾਕੇ ਨੂੰ ਚਮਕਾਉਣ ਦੇ ਲਈ ਡਿਪਟੀ ਸੀਐਮ ਨੇ ਝਾੜੂ ਚੱਕ ਲਿਆ, ਜਿਨ੍ਹਾਂ ਨੇ ਕਿ ਸਫਾਈ ਕਰਕੇ ਆਪਣਾ ਸਾਰਾ ਇਲਾਕਾ ਚਮਕਾ ਦਿੱਤਾ। ਇਹ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰੀਆ ਨੇ, ਜਿਨ੍ਹਾਂ ਨੇ ਸਫਾਈ ਮੁਹਿੰਮ ਵਿੱਚ ਖੁਦ ਹਿੱਸਾ ਲਿਆ। ਦੇਖੋ ਵੀਡੀਓ ਦੇ ਵਿੱਚ ਕਿਵੇਂ ਸਫਾਈ ਕਰਦੇ ਨਜ਼ਰ ਆ ਰਹੇ ਨੇ ਅਤੇ ਗੰਦਗੀ ਖੁਦ ਸਾਫ਼ ਕਰ ਰਹੇ ਨੇ। ਤਾਂ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ। ਅਕਸਰ ਹੀ ਅਸੀਂ ਸੀਐਮ ਨੂੰ ਗੱਡੀਆਂ 'ਚ ਕਾਫਲੇ ਦੇ ਨਾਲ ਦੇਖਦੇ ਹਾਂ, ਪਰ ਇੱਕ ਇੱਥੇ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਆਪਣੇ ਇਲਾਕੇ ਨੂੰ ਚਮਕਾਉਣ ਦੇ ਲਈ ਡਿਪਟੀ ਸੀਐਮ ਨੇ ਝਾੜੂ ਚੱਕ ਲਿਆ, ਜਿਨ੍ਹਾਂ ਨੇ ਕਿ ਸਫਾਈ ਕਰਕੇ ਆਪਣਾ ਸਾਰਾ ਇਲਾਕਾ ਚਮਕਾ ਦਿੱਤਾ। ਇਹ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰੀਆ ਨੇ, ਜਿਨ੍ਹਾਂ ਨੇ ਸਫਾਈ ਮੁਹਿੰਮ ਵਿੱਚ ਖੁਦ ਹਿੱਸਾ ਲਿਆ। ਦੇਖੋ ਵੀਡੀਓ ਦੇ ਵਿੱਚ ਕਿਵੇਂ ਸਫਾਈ ਕਰਦੇ ਨਜ਼ਰ ਆ ਰਹੇ ਨੇ ਅਤੇ ਗੰਦਗੀ ਖੁਦ ਸਾਫ਼ ਕਰ ਰਹੇ ਨੇ। ਤਾਂ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ। ਅਕਸਰ ਹੀ ਅਸੀਂ ਸੀਐਮ ਨੂੰ ਗੱਡੀਆਂ 'ਚ ਕਾਫਲੇ ਦੇ ਨਾਲ ਦੇਖਦੇ ਹਾਂ, ਪਰ ਇੱਕ ਇੱਥੇ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਆਪਣੇ ਇਲਾਕੇ ਨੂੰ ਚਮਕਾਉਣ ਦੇ ਲਈ ਡਿਪਟੀ ਸੀਐਮ ਨੇ ਝਾੜੂ ਚੱਕ ਲਿਆ, ਜਿਨ੍ਹਾਂ ਨੇ ਕਿ ਸਫਾਈ ਕਰਕੇ ਆਪਣਾ ਸਾਰਾ ਇਲਾਕਾ ਚਮਕਾ ਦਿੱਤਾ। ਇਹ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰੀਆ ਨੇ, ਜਿਨ੍ਹਾਂ ਨੇ ਸਫਾਈ ਮੁਹਿੰਮ ਵਿੱਚ ਖੁਦ ਹਿੱਸਾ ਲਿਆ। ਦੇਖੋ ਵੀਡੀਓ ਦੇ ਵਿੱਚ ਕਿਵੇਂ ਸਫਾਈ ਕਰਦੇ ਨਜ਼ਰ ਆ ਰਹੇ ਨੇ ਅਤੇ ਗੰਦਗੀ ਖੁਦ ਸਾਫ਼ ਕਰ ਰਹੇ ਨੇ। ਤਾਂ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।